subscribe to our YouTube channel. Press the bell icon to get the latest updates. ਪੰਜਾਬੀ ਸਾਹਿਤ ਜਗਤ ਦਾ ਨਾਮਵਰ ਚਿਹਰਾ ਮਾਸਟਰ ਤਰਲੋਚਨ ਸਿੰਘ ਜਿਨ੍ਹਾਂ ਦਾ ਵੀਰਵਾਰ ਨੂੰ ਸਮਰਾਲਾ ਵਿੱਚ ਇੱਕ ਸੜਕ ਹਾਦਸੇ ਦੇ ਵਿੱਚ ਦੇਹਾਂਤ ਹੋ ਗਿਆ ਸੀ ਉਹਨਾਂ ਦੇ ਅੰਤਿਮ ਸੰਸਕਾਰ ਸਮਰਾਲਾ ਦੇ ਸ਼ਮਸ਼ਾਨ ਘਾਟ ਵਿਖੇ ਕੀਤੇ ਗਏ ਮਾਸਟਰ ਤਰਲੋਚਨ ਸਿੰਘ ਨੂੰ ਅੰਤਿਮ ਵਿਦਾਈ ਦੇਣ ਲਈ ਪੰਜਾਬ ਦੇ ਕਈ ਉੱਘੇ ਕਲਾਕਾਰ ਲੇਖਕ ਗਾਇਕ ਨਾਟਕਕਾਰ ਵੀ ਪਹੁੰਚੇ ਹੋਏ ਸਨ ਫਿਲਮੀ ਜਗਤ ਵਿੱਚ ਮਾਸਟਰ ਤਰਲੋਚਨ ਸਿੰਘ ਨੂੰ ਬੱਬੂ ਮਾਨ ਦਾ ਉਸਤਾਦ ਕਿਹਾ ਜਾਂਦਾ ਹੈ ਕਿਉਂਕਿ ਮਾਸਟਰ ਨੇ ਬੱਬੂ ਮਾਨ ਦੀਆਂ ਦੋ ਫਿਲਮਾਂ ਏਕਮ ਅਤੇ ਹਸ਼ਰ ਲਿਖੀਆਂ ਇਸ ਨੇੜਤਾ ਕਾਰਨ ਬੱਬੂ ਮਾਨ ਵੀ ਅੰਤਿਮ ਸੰਸਕਾਰ ਤੇ ਪਹੁੰਚੇ ਅਤੇ ਭਾਵੁਕ ਹੋ ਗਏ ਦੇਖੋ ਅਸੀਂ ਹੁਣ ਵੀ ਜੋੜਾ ਸਾਹਿਬ ਨਾਲ ਮੈਂ ਇਹੀ ਗੱਲ ਕਰਦਾ ਸੀ ਕਿ ਬਹੁਤ ਘੱਟ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਗਰਾਊਂਡ ਲੈਵਲ 'ਤੇ ਕੰਮ ਕੀਤਾ ਜਿਹੜੇ ਮਸ਼ਹੂਰੀ ਵਾਲੇ ਪਾਸੇ ਨਹੀਂ ਤੁਰੇ ਕਿ ਸਿਰਫ ਫੋਟੋਆਂ ਖਿਚਾ ਲਓ ਜਾਂ ਅੱਗੇ ਆ ਜਾਓ ਬਟ ਕੰਮ ਦੇ ਪਿੱਛੋਂ ਪੱਖੋਂ ਪਿੱਛੇ ਹੋਣ ਮਾਸਟਰ ਜੀ ਨੇ ਮਤਲਬ ਇੱਕ ਦਿਲੋਂ ਜੁੜੇ ਹੋਏ ਸੀ ਪੰਜਾਬੀ ਸਾਹਿਤ ਦੇ ਨਾਲ ਔਰ ਜਿੰਨੀ ਵੀ ਉਹਨਾਂ ਦੀ ਕਮਾਈ ਆ ਅੱਜ ਜਿਹੜਾ ਇਕੱਠ ਆ ਉਸ ਚੀਜ਼ ਦੀ ਗਵਾਹੀ ਭਰਦਾ ਔਰ ਜੋ ਵੀ ਕੰਮ ਕੀਤਾ ਇੱਕ ਕਮਿਟਮੈਂਟ ਦੇ ਨਾਲ ਕੀਤਾ ਚਾਹੇ ਫਿਲਮਾਂ ਲਿਖੀਆਂ ਚਾਹੇ ਉਹਨਾਂ ਨੇ ਨਾਟਕ ਦੀ ਗੱਲ ਕਰਦੇ ਹਾਂ ਚਾਹੇ ਥੀਏਟਰ ਦੀ ਗੱਲ ਕਰਦੇ ਹਾਂ ਮਤਲਬ ਇੱਕ ਉਹਨਾਂ ਦਾ ਇੱਕ ਆਪਣੀ ਸੋਚ ਸੀ ਉਹਨੂੰ ਲੈ ਕੇ ਚੱਲੇ ਹੋਏ ਸੀ ਇਹ ਨਹੀਂ ਕਿ ਉਹਨਾਂ ਨੂੰ ਕੋਈ ਵੀ ਫਿਲਮ ਆਜ ਵੀ ਲੈ ਕੇ ਕਿ ਜੀ ਮੈਨੂੰ ਇਸ ਟੋਪਿਕ 'ਤੇ ਲਿਖ ਦਿਓ ਜਾਂ ਇੱਦਾਂ ਨਹੀਂ ਸੀ ਉਹ ਆਪਣੇ ਤਰੀਕੇ ਨਾਲ ਕੰਮ ਕਰਦੇ ਸੀ ਸੋ ਬਹੁਤ ਵੱਡਾ ਇੱਕ ਘਾਟਾ ਹੈਗਾ ਪੰਜਾਬੀ ਸਾਹਿਤ ਨੂੰ ਉਹਨਾਂ ਵਰਗੇ ਜਿਹੜੇ ਸੱਚੀ ਦਿਲੋਂ ਹੀ ਪੰਜਾਬੀ ਬੋਲੀ ਨੂੰ ਪੰਜਾਬੀ ਸਾਹਿਤ ਨਾਲ ਪਿਆਰ ਕਰਦੇ ਆ ਬਹੁਤ ਘੱਟ ਇਹੋ ਜਿਹੇ ਲੋਕ ਹੈਗੇ ਆ ਮੈਂ ਮਾਸਟਰ ਜੀ ਦੇ ਨਾਲ ਮੰਚ 'ਤੇ ਤਾਂ ਨਹੀਂ ਕੰਮ ਕੀਤਾ ਬਟ ਸਾਡੇ ਦਲਜੀਤ ਸ਼ਾਹੀ ਭਾਅ ਜੀ ਸ਼ਾਹੀ ਫੈਮਿਲੀ ਸਾਡੀ ਚਲੋ ਇੱਥੇ ਰਿਸ਼ਤੇਦਾਰੀ ਆ ਉਹਦੇ ਕਰਕੇ ਸਾਡੀ ਨੇੜਤਾ ਬਹੁਤ ਸੀ ਬੜੀ ਵਾਰ ਉਹਨਾਂ ਦੇ ਨਾਲ ਬੈਠਣ ਦਾ ਮੌਕਾ ਮਿਲਿਆ ਸ਼ਾਹੀ ਭਾਅ ਜੀ ਦੇ ਨਾਲ ਹੀ ਸੋ ਹਮੇਸ਼ਾ ਇੱਕ ਚਿੰਤਾ ਉਹਨਾਂ ਨੂੰ ਮਤਲਬ ਬੜੀ ਡੂੰਘੀ ਵਿਚਾਰ ਹਮੇਸ਼ਾ ਕਿ ਅੱਜ ਦਾ ਸੱਭਿਆਚਾਰ ਕਿੱਧਰ ਜਾ ਰਿਹਾ ਜਾਂ ਕੀ ਹੋਊਗਾ ਅੱਗੇ ਕੀ ਹੋਣਾ ਚਾਹੀਦਾ ਸੋ ਬੜੀ ਵਾਰੀ ਵਿਚਾਰਾਂ ਹੋਈਆਂ ਸੋ ਮੇਰੀ ਵੈਸੇ ਬੜੀ ਨੇੜਤਾ ਸੀ ਬੜਾ ਪਿਆਰ ਕਰਦੇ ਸੀ ਹੁਣ ਮੇਰਾ ਖਿਆਲ ਉਹ ਹੀ ਗਏ ਮਹੀਨਾ ਕੁ ਪਹਿਲਾਂ ਸ਼ਾਹੀ ਸਾਹਿਬ ਦੇ ਘਰ ਹੀ ਮੁਲਾਕਾਤ ਹੋਈ ਸੀ ਉਹਦੇ ਤੋਂ ਬਾਅਦ 'ਚ ਤਾਂ ਜਿਹੜੀ ਦੁਖਦਾਈ ਖਬਰ ਨਹੀਂ ਇੱਕਦਮ ਝੰਜੋੜਿਆ ਕਿਉਂਕਿ ਹਲੇ ਵਕਤ ਨਹੀਂ ਸੀ ਚਲੋ ਜੰਮਣਾ ਮਰਨਾ ਪਰਮਾਤਮਾ ਦੇ ਹੱਥ ਆ ਪਰ ਉਹ ਜਦੋਂ ਕਿਸੇ ਨੂੰ ਬੇਵਕਤਾ ਬੁਲਾ ਲੈਂਦਾ ਫਿਰ ਉਹਦੇ ਨਾਲ ਇੱਕ ਗਿਲਾ ਜ਼ਰੂਰ ਹੁੰਦਾ ਕਿ ਹਲੇ ਵਕਤ ਨਹੀਂ ਸੀ ਔਰ ਬੜਾ ਵਧੀਆ ਕੰਮ ਉਹ ਕਰ ਰਹੇ ਸੀ ਔਰ ਪਤਾ ਨਹੀਂ ਸੀ ਐਡੀ ਛੇਤੀ ਜਦੋਂ ਮਿਲੇ ਸੀ ਇਹ ਉਮੀਦ ਹੀ ਨਹੀਂ ਸੀ ਕਿ ਆਖਰੀ ਮਿਲਣੀ ਆ ਮਾਸਟਰ ਤਰਲੋਚਨ ਸਿੰਘ ਨਾ ਕਲਮਕਾਰ ਵੀ ਵੱਡੇ ਸੀ ਅਤੇ ਕਰਮਕਾਰ ਵੀ ਵੱਡੇ ਸੀ ਕੰਮ ਵੀ ਉਹਨਾਂ ਦੇ ਬਹੁਤ ਵੱਡੇ ਸੀ ਉਹਨਾਂ ਨੇ ਇਹ ਤਾਂ ਹੈ ਹੀ ਕਿ ਉਹਨਾਂ ਨੇ ਵੱਡੇ ਪਲੇਟਫਾਰਮਾਂ 'ਤੇ ਕੰਮ ਕੀਤਾ ਪਲਸ ਮੰਚ ਵਰਗੀ ਸੰਸਥਾ ਨੂੰ ਚਲਾਇਆ ਉਹਨਾਂ ਨੇ 1982-83 ਤੋਂ ਲੈ ਕੇ ਮਤਲਬ ਤੁਸੀਂ ਦੇਖੋ ਵੀ ਹੁਣ ਤੱਕ ਉਹ ਲਗਾਤਾਰ ਕਿੰਨੇ ਸਮਾਗਮ ਜਿੰਨਾ ਦੀ ਉਹਨਾਂ ਨੇ ਲੀਡਿੰਗ ਕੀਤੀ ਆ ਲੇਕਿਨ ਜਿਹੜੀ ਸਭ ਤੋਂ ਉਹਨਾਂ ਦੇ ਕੰਮ ਦੀ ਖੂਬਸੂਰਤੀ ਇਹ ਹੋਈ ਹੈ ਕਿ ਉਹ ਇੱਕ ਅਧਿਆਪਕ ਸੀਗੇ ਅਤੇ ਇੱਕ ਅਧਿਆਪਕ ਦੇ ਕੋਲ ਇੱਕ ਮੌਕਾ ਹੁੰਦਾ ਕਿ ਉਹ ਬੱਚਿਆਂ ਨੂੰ ਨਾ ਸੱਚ ਦੀ ਜਾਂ ਮਤਲਬ ਕਿ ਲੋਕ ਹੱਕਾਂ ਦੀ ਪਾਣ ਚੜ੍ਹਾ ਸਕਦਾ ਉਹ ਮੌਕਾ ਮਾਸਟਰ ਤਰਲੋਚਨ ਸਿੰਘ ਨੇ ਨਾ ਬਹੁਤ ਖੂਬਸੂਰਤੀ ਨਾਲ ਵਰਤਿਆ ਅਤੇ ਅੱਜ ਸਾਨੂੰ ਉਹਨਾਂ ਦੇ ਜਾਣ ਦਾ ਬਹੁਤ ਅਫਸੋਸ ਹੈ ਸਾਨੂੰ ਸਾਰਿਆਂ ਨੂੰ ਆ ਦੇਖੋ ਸਾਰੇ ਜਣੇ ਮਤਲਬ ਭਰੀ ਖੜ੍ਹੇ ਆ ਇਕੱਠ ਹੈ ਲੇਕਿਨ ਇਸ ਗੱਲ ਦੀ ਤਸੱਲੀ ਜ਼ਰੂਰ ਹੈ ਕਿ ਉਹ ਜਿਹੜੇ ਬੱਚਿਆਂ ਨੂੰ ਤਿਆਰ ਕਰਕੇ ਆਪਣੇ ਸਕੂਲਾਂ ਦੇ ਮਤਲਬ ਜਿਹੜੇ ਜਿੱਥੇ ਪੜ੍ਹਾਉਂਦੇ ਸੀ ਉਹ ਸਬਕ ਸਿਖਾਉਂਦੇ ਸੀ ਉਹਨਾਂ ਨੂੰ ਉਹ ਬੱਚੇ ਜਿਹੜੇ ਆ ਉਹ ਆਉਣ ਵਾਲੇ ਸਮੇਂ ਦੇ ਨਾ ਮਾਸਟਰ ਤਰਲੋਚਨ ਸਿੰਘ ਬਣਨਗੇ ਇੱਕ ਦਿਨ ਕਿਉਂਕਿ ਉਹ ਆਪਦੀ ਸੋਚ ਉਹਨਾਂ ਨੂੰ ਦੇ ਕੇ ਗਏ ਆ ਅਤੇ ਅਸੀਂ ਦੁਆ ਵੀ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਸੋਚ ਆ ਉਹਨਾਂ ਬੱਚਿਆਂ ਰਾਹੀਂ ਉਹਨਾਂ ਦੇ ਸ਼ਾਗਿਰਦਾਂ ਰਾਹੀਂ ਮਤਲਬ ਸਾਡੇ 'ਚ ਜਿਉਂਦੀ ਜਾਗਦੀ ਰਹੇ ਮਾਸਟਰ ਜੀ ਨਾਲ ਮੈਨੂੰ ਕੰਮ ਕਰਨ ਦਾ ਵੀ ਮੌਕਾ ਮਿਲਿਆ ਕਿ ਇਹਨਾਂ ਨੇ ਇੱਕ ਦੂਰਦਰਸ਼ਨ ਦਾ ਨਾਟਕ ਵੀ ਤਿਆਰ ਕੀਤਾ ਸੀ ਹਾਕੀ ਵਾਲਾ ਸਰਦਾਰ ਇਹਨਾਂ ਦੀ ਸਾਰੀ ਕਮਾਂਡ ਦੇ ਵਿੱਚ ਤਿਆਰ ਹੋਇਆ ਸੀ ਜਿਹਦੇ 'ਚ ਮੈਂ ਕੰਮ ਕੀਤਾ ਸੀ ਲਗਾਤਾਰ ਉਦੋਂ ਮੈਨੂੰ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਇਹਨਾਂ ਨਾਲ ਮੇਰਾ ਲਗਾਤਾਰ ਰਾਬਤਾ ਰਿਹਾ ਜਦੋਂ ਇਹਨਾਂ ਨੂੰ ਪੰਜਾਬੀ ਸਾਹਿਤ ਅਕੈਡਮੀ ਨੇ ਗੁਰਸ਼ਰਨ ਸਿੰਘ ਪੁਰਸਕਾਰ ਦਿੱਤਾ ਉਹਦੇ ਬਹੁਤ ਸਾਰੀਆਂ ਗੱਲਾਂ ਹੋਈਆਂ ਵੀ ਆਪਾਂ ਯਾਰ ਮਿਲਾਂਗੇ ਕਦੇ ਮੈਂ ਜਾਂ ਚੰਡੀਗੜ੍ਹ ਲੁਧਿਆਣੇ ਆਊਂਗਾ ਜਾਂ ਤੂੰ ਸੰਭਾਲੇ ਆਈ ਪਰ ਅੱਜ ਉਹ ਯਾਰ ਅਚਾਨਕ ਹੀ ਮਤਲਬ ਸਾਰੀਆਂ ਗੱਲਾਂ ਹੀ ਮਤਲਬ ਵਾਅਦੇ ਜੇ ਵਿੱਚ ਹੀ ਰਹਿ ਗਏ ਵੀ ਕੀ ਗੱਲਾਂ ਕਰਨੀਆਂ ਸੀ ਕੀ ਨਹੀਂ ਸੀ ਕਰਨੀਆਂ ਪਰ ਉਹਨਾਂ ਦੀ ਸ੍ਰੀ ਐਸੋਸੀਏਸ਼ਨ ਹੈ ਨਾ ਉਹ ਤੋਂ ਮੈਂ ਸਿੱਖਿਆ ਬਹੁਤ ਕੁਛ ਕਮਿਟਮੈਂਟ ਸਿੱਖੀ ਹੈ ਮੈਂ ਉਹਨਾਂ ਤੋਂ ਕਿ ਉਹ ਆਪਣੇ ਕੰਮ ਲਈ ਆਪਣੇ ਕਿੰਨੇ ਸੁਹਿਰਦ ਸੀ ਆਪਣੇ ਕੰਮ ਮਾਸਟਰ ਜੀ ਨੂੰ ਜਦੋਂ ਪੁਰਸਕਾਰ ਮਿਲਿਆ ਮੈਨੂੰ ਉਹਨਾਂ ਦੀਆਂ ਗੱਲਾਂ ਹੋਰ ਵੀ ਕਈ ਯਾਦ ਆ ਅਤੇ ਉਹਨਾਂ ਨੂੰ ਕਈਆਂ ਨੇ ਕਹਿਣਾ ਵੀ ਮਾਸਟਰ ਜੀ ਆਓ ਆਪਾਂ ਇਹਦੇ ਲਈ ਉਹਨਾਂ ਨੇ ਕਹਿਣਾ ਯਾਰ ਜਿਹੜਾ ਮੈਂ ਕੰਮ ਕਰਨਾ ਉਹੀ ਕਰਨਾ ਵੀ ਜੇ ਨਹੀਂ ਅਖਬਾਰ 'ਤੇ ਜਾਊਗਾ ਨਹੀਂ ਟੈਲੀਵਿਜ਼ਨ 'ਤੇ ਜਾਊਗਾ ਤਾਂ ਵੀ ਕੋਈ ਗੱਲ ਨਹੀਂ ਅਤੇ ਆਪਾਂ ਜਿਹੜਾ ਉੱਧਰਲੇ ਪਾਸੇ ਟਾਈਮ ਲਾਉਣਾ ਆਪਾਂ ਇੱਧਰ ਲਾ ਲਈਏ ਮਤਲਬ ਇਹ ਉਹਨਾਂ ਦੀਆਂ ਗੱਲਾਂ ਨਾ ਮਤਲਬ ਭਾਵੇਂ ਉਦੋਂ ਨਿੱਕੀਆਂ ਨਿੱਕੀਆਂ ਲੱਗਦੀਆਂ ਸੀ ਪਰ ਅੱਜ ਲੱਗਦਾ ਯਾਰ ਵੀ ਕਿੰਨੀਆਂ ਵੱਡੀਆਂ ਗੱਲਾਂ ਬੰਦਾ ਕਰਦਾ ਸੀ ਵੀ ਸਾਨੂੰ ਸਾਡੇ ਕਰਮ ਦੇ ਉੱਪਰ ਸਾਨੂੰ ਸਾਡੇ ਕੰਮ ਦੇ ਉੱਪਰ ਸਾਨੂੰ ਸਾਡੇ ਜਿਹੜਾ ਟੀਚਾ ਮਿਥਿਆ ਉਹਦੇ 'ਤੇ ਸਾਨੂੰ ਜਿਹੜੀ ਅੱਖ ਰੱਖਣੀ ਚਾਹੀਦੀ ਹੈ ਜ਼ਿਆਦਾ।
दो शब्द बापू जी क्योंकि तुहाडे नाल वड्डा नाम जुड़िया देखो दुनिया दे विच यही मैसेज गया कि मेरे भरा सी वड्डे बहुत साडी तां पुरानी दोस्ती ते साझ सी पर अजे चंगे नहीं लगदे दो फिल्मां वी तुहाडियां लिखियां तुहानू किन्ना घाटा महसूस हो रहा जी मेरे भरा सी वड्डे बहुत साडी तां पुरानी दोस्ती ते साझ सी पर अजे चंगे नहीं लगदे दो फिल्मां वी तुहाडियां लिखियां तुहानू किन्ना घाटा